ਅਸੀਂ ਇਸ ਟਾਈਮ ਮੌਜੂਦਾ ਮੋਗਾ ਦੇ ਸਿੰਘਾਵਾਲਾ 220 ਕੇਵੀ ਸਬਸਟੇਸ਼ਨ ਦੇ ਵਿੱਚ ਜਿੱਥੇ ਕੱਲ ਟਰਾਂਸਫਾਰਮਰ ਨੂੰ ਅੱਗ ਲੱਗੀ ਸੀ 20 ਐਮਵੀਏ ਟਰਾਂਸਫਾਰਮਰ ਨੂੰ ਅੱਗ ਲੱਗਣ ਤੋਂ ਬਾਅਦ ਅੱਧੇ ਸ਼ਹਿਰ ਤੋਂ ਜ਼ਿਆਦਾ ਦੀ ਜਿਹੜੀ ਹੈ ਬਿਜਲੀ ਬੰਦ ਹੋ ਗਈ ਸੀ ਲੇਕਿਨ ਬਿਜਲੀ ਵਿਭਾਗ ਦੇ ਟੀਮਾਂ ਰਾਤ ਤੱਕ ਲੱਗੀਆਂ ਰਹੀਆਂ ਸਾਰੀ ਰਾਤ ਲੱਗੀਆਂ ਰਹੀਆਂ ਔਰ ਟਾਈਮ ਟੂ ਟਾਈਮ ਕਈ ਇਲਾਕਿਆਂ ਦੇ ਵਿੱਚ ਬਿਜਲੀ ਦਿੱਤੀ ਵੀ ਗਈ ਹੈ ਹਾਲਾਂਕਿ ਲੋਕਾਂ ਦੇ ਵਿੱਚ ਇਹ ਪੈਨਿਕ ਵੀ ਸੀਗਾ ਕਿ ਹੋ ਸਕਦਾ ਹੈ ਕਿ ਕਈ ਦਿਨ ਬਿਜਲੀ ਨਾ ਆਵੇ ਤੇ ਜਿਸ ਨੂੰ ਲੈ ਕੇ ਲੋਕਾਂ ਨੇ ਹੋਟਲਾਂ ਦੇ ਵਿੱਚ ਵੀ ਕਮਰੇ ਬੁੱਕ ਕਰਾਏ ਕਈ ਲੋਕ ਜਿੱਥੇ ਬਿਜਲੀ ਮਿਲਦੀ ਸੀ ਉੱਥੇ ਦੁਕਾਨਾਂ ਦੇ ਵੀ ਸੁੱਤੇ ਨੇ ਲੋਕੀ ਗਲੀਆਂ 'ਚ ਵੀ ਬੈਠੇ ਦੇਖੇ ਗਏ ਨੇ ਲੇਕਿਨ ਬਿਜਲੀ ਵਿਭਾਗ ਵੀ ਆਪਣਾ ਲਗਾਤਾਰ ਕੰਮ ਜਾਰੀ ਰੱਖਿਆ ਉਹਨਾਂ ਨੇ ਸਾਰੀ ਰਾਤ ਬਿਜਲੀ ਵਿਭਾਗ ਕੰਮ ਗੱਲ ਕਰ ਲੈਣੇ ਆ ਕੀ ਪੂਰੀ ਬਿਜਲੀ ਕਦੋਂ ਬਹਾਲ ਹੋਏਗੀ ਔਰ ਕਿੰਨੀ ਕੁ ਮੁਸ਼ਕਲ ਕਰਨੀ ਪਈਏ ਸਾਰਾ ਜਿਹੜਾ ਬਿਜਲੀ ਰਾਤ ਲੋਕਾਂ ਨੂੰ ਪਹੁੰਚੀ ਹੈ ਸਰ ਅੱਜ ਦੀ ਕੀ ਸਿਚੁਏਸ਼ਨ ਅਗਰ ਅੱਜ ਗੱਲ ਕੀਤੀ ਜਾਵੇ ਕਿਉਂਕਿ ਕੱਲ ਸਾਰੇ ਸ਼ਹਿਰ ਦੀ ਤਕਰੀਬਨ ਬਿਜਲੀ ਬੰਦ ਹੋ ਗਈ ਸੀ ਲੋਕ ਵੀ ਪੈਨਿਕ ਹੋ ਗਏ ਸੀ ਤੁਹਾਨੂੰ ਵੀ ਬਹੁਤ ਫੋਨ ਆ ਰਹੇ ਸੀਗੇ ਕਿ ਬਿਜਲੀ ਕਦੋਂ ਆਏਗੀ ਇੱਕ ਪਾਸੇ ਤਾਂ ਇਹ ਪਰੇਸ਼ਾਨੀ ਦੂਜੇ ਪਾਸੇ ਦੂਜੀ ਪਰੇਸ਼ਾਨੀ ਵੀ ਹਰ ਕਿਸੇ ਨੂੰ ਜਵਾਬ ਦੇਣਾ ਕਿ ਲਾਈਟ ਕਦੋਂ ਆਏਗੀ ਹਾਂਜੀ ਕੱਲ ਅੱਗ ਲੱਗਣ ਵੇਲੇ ਬਹੁਤ ਸਥਿਤੀ ਭਿਆਨਕ ਸੀਗੀ ਸਾਰਿਆਂ ਨੂੰ ਐਂ ਲੱਗਦਾ ਸੀ ਵੀ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਜ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਕਾਫੀ ਫਾਇਰ ਟੈਂਡਰਸ ਵਗੈਰਾ ਮੰਗਾਏ ਤਾਂ ਅੱਗ ਨੂੰ ਕੰਟਰੋਲ ਕੀਤਾ ਜਾ ਸਕਿਆ ਘੱਟੋ ਘੱਟ 223 ਘੰਟੇ ਅੱਗ ਚੱਲਦੀ ਰਹੀ ਪਰ ਜਿਹੜੇ ਟਰਾਂਸਫਾਰਮਰ ਨੂੰ ਅੱਗ ਲੱਗੀ ਸੀ ਉਹਨੂੰ ਉੱਥੋਂ ਤੱਕ ਹੀ ਲਿミਟ ਕੀਤਾ ਜਾ ਸਕਿਆ ਸਾਰੀ ਕੋਸ਼ਿਸ਼ ਕਰਨ ਨਾਲ ਦੂਜਾ ਨਾਲ ਦੀਆਂ ਮਸ਼ੀਨਰੀ ਦਾ ਹੋਰ ਨੁਕਸਾਨ ਨਹੀਂ ਹੋਇਆ ਤਾਂ ਹੁਣ ਸਾਰੇ ਕੱਲ ਸ਼ਾਮ ਦੇ ਲੱਗੇ ਹੋਏ ਸੀ ਵੀ ਜਿੰਨੀ ਬਿਜਲੀ ਚਲਾਈ ਜਾ ਸਕਦੀ ਹੈ ਜਿੰਨਾ ਸਿਸਟਮ ਆਪਣਾ ਚੱਲ ਸਕਦਾ ਚਲਾਈਏ ਤਾਂ ਸਾਰੀ ਰਾਤ ਲੱਗ ਕੇ ਆਪਣੇ ਸਟਾਫ ਨੇ ਆਪਣੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੇ ਸ਼ਹਿਰ ਦੀ ਬਿਜਲੀ ਘਰਾਂ ਦੀ ਬਿਜਲੀ ਚਲਾਈ ਆ ਹੁਣ ਅੱਗੇ ਪਲਾਨ ਕਰ ਰਹੇ ਆ ਵੀ ਜਿੰਨਾ ਹੋਰ ਵੱਧ ਚਲਾਇਆ ਜਾ ਸਕਦਾ ਲੋਡ ਕੱਟ ਲਾ ਕੇ ਜਾਂ ਰੈਸ਼ਨਿੰਗ ਕਰਕੇ ਵੀ ਨਾਲ ਜਿਹੜੇ ਖੇਤੀਬਾੜੀ ਵਾਲੇ ਫੀਡਰ ਆ ਉਹਨਾਂ ਨੂੰ ਵੀ ਕੁਝ ਨਾ ਕੁਝ ਬਿਜਲੀ ਦਿੱਤੀ ਜਾਵੇ ਤਾਂ ਕਿ ਕੋਈ ਵੀ ਏਰੀਆ ਬਿਨਾ ਬਿਜਲੀ ਤੋਂ ਨਾ ਰਵੇ ਇਸਰ ਦੂਸਰੇ ਟਰਾਂਸਫਾਰਮਰ ਤੇ ਲੋਡ ਪਾਇਆ ਗਿਆ ਜਿਹੜੇ ਲੋਕਾਂ ਦੇ ਘਰੇ ਬਿਜਲੀ ਆਈ ਹੈ ਕਿਉਂਕਿ ਰਾਤ ਨੂੰ ਅਸੀਂ ਦੇਖਿਆ ਕਿ ਲੋਕ ਗਲੀਆਂ 'ਚ ਵੀ ਬੈਠੇ ਸੀਗੇ ਤੇ ਕਈਆਂ ਨੇ ਹੋਟਲਾਂ 'ਚ ਵੀ ਕਮਰੇ ਬੁੱਕ ਕਰਾ ਲਏ ਕਿ ਲਾਈਟ ਨਹੀਂ ਪਹੁੰਚ ਰਹੀ ਸੀ ਕੁਝ ਕੁਝ ਏਰੀਆ ਦੇ ਵਿੱਚ ਦੇਰ ਰਾਤ ਤੱਕ ਲਾਈਟ ਪਹੁੰਚ ਗਈ ਹੈ ਲੇਕਿਨ ਕੁਝ ਏਰੀਆ ਦੇ ਵਿੱਚ ਸਵੇਰ ਤੱਕ ਲਾਈਟ ਨਹੀਂ ਆਈ ਸੀ ਬਸ ਨਾਲ ਦਾ ਟਰਾਂਸਫਾਰਮਰ ਜਿਹੜਾ ਬਿਲਕੁਲ ਨਾਲ ਸੀਗਾ ਉਹਦਾ ਵੀ ਸਾਨੂੰ ਡਰ ਸੀ ਵੀ ਇਹਨੂੰ ਕਿਤੇ ਨੁਕਸਾਨ ਨਾ ਹੋ ਗਿਆ ਹੋਵੇ ਚੱਲੇ ਨਾ ਪਰ ਰਾਤ ਤੱਕ ਸਾਡੀਆਂ ਬਠਿੰਡੇ ਤੋਂ ਪ੍ਰੋਟੈਕਸ਼ਨ ਟੀਮਾਂ ਵੀ ਆਈਆਂ ਹੋਈਆਂ ਸੀ ਉਹ ਟੈਸਟ ਕਰਕੇ ਉਹਦਾ ਜੋ ਵੀ ਕਰਕੇ ਰਾਤ ਤੱਕ ਉਹਨੂੰ ਚ ਚਲਾ ਕੇ ਲੋਡ ਵੰਡ ਕੇ ਪਾਇਆ ਗਿਆ ਜਿੰਨਾ ਜਿੰਨਾ ਲੋਡ ਪੈ ਸਕਦਾ ਸੀ ਪਹਿਲਾਂ ਕੁਝ ਫੀਡਰ ਚਲਾਏ ਫਿਰ ਕੁਝ ਹੋਰ ਫੀਡਰ ਚਲਾਏ ਤੋਂ ਸਵੇਰ ਤੱਕ ਹੁਣ ਅਸੀਂ ਉਸੇ ਤਰ੍ਹਾਂ ਨਾਲ ਫੀਡਰ ਸ਼ਹਿਰ ਦੇ ਫੀਡਰ ਚਲਾ ਰਹੇ ਆ ਤਾਂ ਕਿ ਕੋਈ ਏਰੀਆ ਐ ਨਾ ਰਵੇ ਬਿਨਾਂ ਬਿਜਲੀ ਤੋਂ ਤੇ ਜਿੰਨਾ ਕਿ ਕੰਟਰੋਲ ਕਰਨਾ ਕੱਟ ਲਾਉਣਾ ਉਹਨਾਂ ਕ ਲਾਉਣਾ ਪੈ ਰਿਹਾ ਹਜੇ ਵੀ ਕੱਟ ਲੱਗਣਗੇ ਲੋਕਾਂ ਨੂੰ ਮੈਨੇਜ ਕਰਨਾ ਪਏਗਾ ਥੋੜਾ ਜਿਹਾ ਹਾਂ ਜਦੋਂ ਤੱਕ ਨਵਾਂ ਟਰਾਂਸਫਾਰਮਰ ਜਿਹੜਾ ਇਹਦੀ ਥਾਂ ਤੇ ਰੱਖਣਾ ਉਹ ਪੂਰੀ ਤਰ੍ਹਾਂ ਨਹੀਂ ਚੱਲ ਜਾਂਦਾ ਉਦੋਂ ਤੱਕ ਕੱਟ ਜ਼ਰੂਰ ਲਾਉਣੇ ਪੈਣਗੇ ਪਰ ਅਸੀਂ ਪਲਾਨਿੰਗ ਇਹ ਕਰਾਂਗੇ ਵੀ ਕੋਈ ਏਰੀਆ ਬਿਲਕੁਲ ਬਿਨਾ ਬਿਜਲੀ ਤੋਂ ਨਾ ਰਵੇ ਤੇ ਲੋਕਾਂ ਨੂੰ ਕੀ ਅਪੀਲ ਹੈ ਸਰ ਲੋਕ ਵੀ ਪੈਨਿਕ ਕਰ ਜਾਂਦੇ ਨੇ ਕਿ ਜਦੋਂ ਗਰਮੀ ਦਾ ਮੌਸਮ ਹੈ ਤੇ ਗਰਮੀ 'ਚ ਰਹਿਣਾ ਵੀ ਬਹੁਤ ਔਖਾ ਹੈ ਲੋਕਾਂ ਨੂੰ ਇਹ ਅਪੀਲ ਹੈ ਗੁਜਾਰਿਸ਼ ਹੈ ਵੀ ਇਸ ਸੰਕਟ ਦੀ ਘੜੀ 'ਚ ਸਾਡਾ ਸਾਥ ਦੇਣ ਔਰ ਜਿਹੜਾ ਬੇਲੋੜਾ ਲੋਡ ਹੈ ਉਹ ਨਾ ਚਲਾਉਣ ਏਸੀ ਵਗੈਰਾ ਤੋਂ ਗਰੇਜ ਕਰਨ ਕੋਈ ਪੱਖੇ ਨਾਲ ਜਾਂ ਨਾਰਮਲ ਜੇ ਪੱਖੇ ਚੱਲਦੇ ਰਹਿਣਗੇ ਫ੍ਰੀਜਾਂ ਚੱਲਦੀਆਂ ਰਹਿਣਗੀਆਂ ਤਾਂ ਵੀ ਸਾਡਾ ਕੁਝ ਨਾ ਕੁਝ ਜੀਵਨ ਜਿਹੜਾ ਸੌਖਾ ਹੋ ਜਾਂਦਾ ਪਾਣੀ ਦਾ ਪਾਣੀ ਦੀ ਮੋਟਰ ਦੀ ਲੋੜ ਹੈ ਜਦੋਂ ਉਹ ਚਲਾਓ ਪਾਣੀ ਵੇਸਟ ਨਾ ਕਰੋ ਬਿਜਲੀ ਵੇਸਟ ਨਾ ਕਰੋ ਘਟੂ ਘਾਟ ਆਹ ਜਿਹੜੇ ਪੰਜ ਚਾਰ ਦਿਨ ਸੰਕਰਦੇ ਆ ਇਹ ਤੁਸੀਂ ਸਾਡੇ ਨਾਲ ਜਿੱਥੇ ਅਸੀਂ ਕਰ ਰਹੇ ਆ ਨਾਲ ਸਾਡੀਆਂ ਟੀਮਾਂ ਹੋਰ ਕਰ ਰਹੀਆਂ ਬਾਹਰੋਂ ਆਈਆਂ ਹੋਈਆਂ ਉਹਨਾਂ ਸਹਿਯੋਗ ਤੁਸੀਂ ਵੀ ਦਿਓ ਉਹਨਾਂ ਨੂੰ ਕਿੰਨੀਆਂ ਟੀਮਾਂ ਲੱਗੀਆਂ ਹੋਈਆਂ ਜੀ ਇਸ ਚੀਜ਼ ਨੂੰ ਸਾਰਾ ਮੈਨੇਜ ਕਰਨ ਨੂੰ ਇਹ 6-7 ਟੀਮਾਂ ਲੱਗੀਆਂ ਹੋਈਆਂ ਜੀ ਅਲੱਗ-ਅਲੱਗ ਸਾਰੀ ਰਾਤ ਕੰਮ ਚੱਲ ਰਿਹਾ ਹੈ ਹਾਂ ਸਾਰੀ ਰਾਤ ਕੰਮ ਚੱਲ ਰਿਹਾ ਹੈ ਤ ਸਰ ਇਹ ਕਿੰਨੇ ਦਿਨ ਹੋਰ ਇਦਾਂ ਹੀ ਥੋੜਾ ਜਿਹਾ ਮੈਨੇਜ ਕਰਨਾ ਪਊਗਾ ਕੱਟ ਕਿੰਨੇ ਦਿਨ ਲੱਗੇ ਰਹਿਣਗੇ ਬਸ ਅੰਦਾਜ਼ਨ 4-5 ਦਿਨ ਤੱਕ ਇਹ ਨਾਰਮਲ ਹੋ ਜਾਊਗਾ ਇਹ ਸਿਸਟਮ ਹਾਂਜੀ ਸਰ ਆਮ ਲੋਕ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਬਿਜਲੀ ਵਿਭਾਗ ਵਾਲੇ ਆਪ ਤਾਂ ਏਸੀਆਂ 'ਚ ਬਹਿ ਜਾਂਦੇ ਆ ਤੇ ਅਸੀਂ ਗਰਮੀ 'ਚ ਮਰਦੇ ਆ ਸਾਡੀ ਲਾਈਟ ਨਹੀਂ ਛੱਡਦੀ ਲੇਕਿਨ ਹੁਣ ਅਸੀਂ ਗ੍ਰਿਡ ਦੇ ਵਿੱਚ ਖੜੇ ਆ ਸਬਸਟੇਸ਼ਨ ਦੇ ਵਿੱਚ ਖੜੇ ਆ ਇੱਥੇ ਵੀ ਲਾਈਟ ਨਹੀਂ ਤੁਸੀਂ ਸਾਰੀ ਰਾਤ ਜਿਹੜਾ ਕੰਮ ਕਰਕੇ ਲੋਕਾਂ ਦੇ ਘਰਬਜਲੀ ਬਚਾਈ ਹਾਂਜੀ ਕੱਲ ਜਦੋਂ ਤੋਂ ਇਹ ਫਾਇਰ ਇਨਸੀਡੈਂਟ ਹੋਇਆ ਸਾਡੇ ਗ੍ਰਿਡ ਦੀ ਅਸੀਂ ਸਾਰੀ ਸਪਲਾਈ ਬੰਦ ਕਰ ਕੋਈ ਲਾਈਟ ਨਹੀਂ ਸੀ ਗ੍ਰਿਡ ਦੇ ਵਿੱਚ ਵੀ ਫਿਰ ਸਾਨੂੰ ਪ੍ਰੋਟੈਕਸ਼ਨ ਦੀ ਟੈਸਟਿੰਗ ਕਰਨ ਵਾਸਤੇ ਲਾਈਟ ਦੀ ਲੋਡ ਸੀਗੀ ਤਾਂ ਅਸੀਂ ਬਾਘਾ ਪੁਰਾਣਾ ਸਾਈਟ ਤੋਂ ਬੈਕ ਫੀਡਿੰਗ ਲਈ ਜੇ ਆਪਾਂ ਕਹੀਏ ਏਸੀ ਚੱਲਦੇ ਸੀ ਪੱਖੇ ਚੱਲਦੇ ਸੀ ਗ੍ਰਿਡ 'ਚ ਵੀ ਕੁਝ ਨਹੀਂ ਸੀ ਚੱਲਦਾ ਸਾਰੇ ਗਰਮੀ 'ਚ ਹੀ ਖੜੇ ਸੀਗੇ ਰਾਤ ਤੱਕ ਅਫਸਰ ਵੀ ਸਾਡੇ ਇਹੀ ਬੈਠੇ ਸੀ ਮੁੜ ਕੇ ਨਾਲ ਚਾਈ ਜਾਂਦੇ ਸੀਗੇ ਤੋ ਅਸੀਂ ਕੋਸ਼ਿਸ਼ ਕੀਤੀ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਘਰਾਂ ਦੇ ਵਿੱਚ ਰਲੀਫ ਦਿੱਤਾ ਜਾ ਸਕੇ ਜਿੰਨਾ ਛੇਤੀ ਸਪਲਾਈ ਦਿੱਤੀ ਜਾਂ ਜਾ ਸਕਦੀ ਹੈ ਜਲਦੀ ਕਿੰਨੇ ਏਰੀਆ ਅਫੈਕਟ ਹੋਇਆ ਜੀ ਇਸ ਸਾਰੇ ਚੀਜ਼ ਦੇ ਨਾਲ ਇੱਕ ਟਰਾਂਸਫਾਰਮਰ ਦੀ ਕੀਮਤ ਵੀ ਕਿੰਨੀ ਸੀਗੀ ਔਰ ਕਿੰਨਾ ਏਰੀਆ ਅਫੈਕਟ ਹੋਇਆ ਇਹਦੇ ਨਾਲ ਆਸ-ਪਾਸੇ ਦਾ ਏਰੀਆ ਜਿਹੜਾ ਇੱਥੋਂ ਫੀਡ ਹੁੰਦਾ ਉਹ ਅਫੈਕਟ ਹੋਇਆ ਹੀ ਹੈ ਸ਼ਹਿਰ ਦਾ ਇੱਕ ਉਰਲਾ ਪਾਸਾ ਜਿਹੜਾ ਇਧਰਲੇ ਸਾਈਡ ਵਾਲਾ ਸਿੰਘਾਣੇ ਵਾਲੇ ਸਾਈਡ ਵਾਲਾ ਇਹ ਅਫੈਕਟ ਹੋਇਆ ਤੇ ਨਾਲ ਸਾਡੇ ਜਿਹੜੇ ਦੂਜੇ ਗ੍ਰੇਡ ਇੱਥੋਂ ਚੱਲਦੇ ਆ ਕੋਹਲਿਆ ਸਮਾਦ ਹੋਰ ਉਹਨਾਂ ਦੀ ਸਪਲਾਈ ਵੀ ਇਫੈਕਟ ਹੋਈ ਆ ਤਾਂ ਜਿੱਥੋਂ ਤੱਕ ਕੀਮਤ ਦੀ ਗੱਲ ਹੈ ਟਰਾਂਸਫਰਟਰ ਤਾਂ ਇਹ 2005 ਦਾ ਸੀਗਾ ਜੇ ਹੁਣ ਸਰਕਾਰੀ ਫਿਗਰਾਂ ਦੇ ਹਿਸਾਬ ਨਾਲ ਇਹਦੀ ਡੈਪ੍ਰੀਸੀਏਸ਼ਨ ਵਗੈਰਾ ਲਾ ਲਈਏ ਫਿਰ ਤਾਂ ਇਹ ਲਗਭਗ ਆਪਦੀ ਲਾਈਫ ਪੂਰੀ ਕਰ ਚੁੱਕਿਆ ਸੀਗਾ ਤਾਂ ਹੁਣ ਨਵਾਂ ਟਰਾਂਸਫਰਟਰ ਆਊਗਾ ਇਹਦੀ ਜਗ੍ਹਾ ਲੱਗੂਗਾ ਉਹ ਸਾਡੇ ਕੋਲੇ ਪਹਿਲਾਂ ਹੀ ਆਲਰੇਡੀ ਪਰਚੇਜ਼ ਕਰਕੇ ਰੱਖੇ ਹੁੰਦੇ ਆ ਸਪੇਅਰ ਟਰਾਂਸਫਰਟਰ ਉਹਨਾਂ ਚੋਂ ਆਊਗਾ ਫਿਰ ਬਾਕੀ ਇੱਕ ਕਮੇਟੀ ਬਣੂਗੀ ਉਹ ਟੋਟਲ ਅਸੈਸ ਕਰੂਗੀ ਕਿ ਕਿੰਨਾ ਲਾਸ ਹੋਇਆ ਇਸ ਕੰਮ 'ਚ ਜਲਦੀ ਲੋਕਾਂ ਨੂੰ ਰਾਤ ਮਿਲ ਸਕਦੀ ਹੈ ਬਿਜਲੀ ਮ ਟੈਂਪਰੇਰੀ ਤਾਂ ਹਰ ਰੋਜ਼ ਹੀ ਅਸੀਂ ਬਿਜਲੀ ਦੇਵਾਂਗੇ ਕੁਛ ਨਾ ਕੁਛ ਹਰ ਹਰ ਏਰੀਏ ਨੂੰ ਪਰ ਚਾਰ ਪੰਜ ਦਿਨਾਂ ਬਾਅਦ ਜਦੋਂ ਨਵਾਂ ਟਰਾਂਸਫਾਰਮਰ ਚੱਲ ਗਿਆ ਫਿਰ ਹੁਣ ਬਿਲਕੁਲ ਨੋਰਮਲ ਹੋ ਜਾਊਗਾ ਬਿਲਕੁਲ ਇਸੀ ਸਾਡੇ ਨਾਲ ਐਡੀਸ਼ਨਲ ਐਸਸੀ ਹਰਦੀਦਾਰ ਸਿੰਘ ਜਿਹੜੇ ਕਿ ਇੱਥੇ ਗ੍ਰਿਡ ਤੇ ਹੁੰਦੇ ਨੇ ਔਰ ਸਾਫ਼ ਤਰ੍ਹਾਂ ਤੇ ਕਹਿਣਾ ਕਿ ਗ੍ਰਿਡ ਦੇ ਵਿੱਚ ਵੀ ਲਾਈਟ ਨਹੀਂ ਆ ਅਗਰ ਲੋਕਾਂ ਨੂੰ ਘਰੇ ਪਰੇਸ਼ਾਨੀ ਹੁੰਦੀ ਆ ਤਾਂ ਸਾਰੀ ਰਾਤ ਇਹ ਵੀ ਇਸੇ ਕਮਾਂ ਤੇ ਲੱਗੇ ਰਹੇ ਕਿ ਲੋਕਾਂ ਦੇ ਘਰੇ ਲਾਈਟ ਪਹੁੰਚ ਜAVE ਔਰ ਰਾਤ ਦਿਨ ਰਾਤ ਤੱਕ ਕੰਮ ਕਰਦੇ ਕਰਦੇ ਕਈ ਲੋਕਾਂ ਦੇ ਘਰਾਂ ਦੇ ਵਿੱਚ ਲਾਈਟ ਵੀ ਪਹੁੰਚਾਈ ਆ ਹਾਲਾਂਕਿ 3-4 ਦਿਨ ਹੋਰ ਮੈਨੇਜ ਕਰਨਾ ਪੈਣਾ ਲੋਕਾਂ ਨੂੰ ਕਟ ਲੱਗਣਗੇ ਥੋੜੇ ਥੋੜੇ ਕਟ ਲੱਗਣਗੇ ਲੇਕਿਨ ਬਿਜਲੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਲੋਕਾਂ ਦੇ ਘਰਾਂ 'ਚ ਔਰ ਦੂਜੇ ਪਾਸੇ ਇਹ ਵੀ ਕਹਿਣਾ ਕਿ ਖੇਤਾਂ ਦੇ ਵਿੱਚ ਇਹ ਪਰੇਸ਼ਾਨੀ ਆਈ ਹੈ ਜਿਹੜਾ ਟਰਾਂਸਫਾਰਮਰ ਛੜਿਆ ਉਸ ਨੂੰ ਠੀਕ ਕਰਨ ਲੱਗੇ 3 ਤੋਂ 4 ਦਿਨ ਲੱਗਣਗੇ ਲੇਕਿਨ ਬਿਜਲੀ ਵਿਭਾਗ ਆਪਦੀ ਪੂਰੀ ਤਨਦੇਹੀ ਦੇ ਨਾਲ ਇਸ ਤੇ ਕੰਮ ਕਰ ਰਿਹਾ ਔਰ ਜਲਦ ਤੋਂ ਜਲਦ ਕੋਸ਼ਿਸ਼ ਕਰ ਰਿਹਾ ਲੋਕਾਂ ਦੇ ਘਰੇ ਬਿਜਲੀ ਪਹੁੰਚ ਸਕੇ ਦੀਪਕ ਸਿੰਘਲਾ ਨਿਊਜ਼ ਰੈਟਰਨ ਮੋਗਾ